ਅੱਜ ਸਵੇਰੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਜੀ ਦੇ ਘਰ ਸਾਡਾ ਕੋਆਰਡੀਨੇਸ਼ਨ ਕਮੇਟੀ ਮੀਟਿੰਗ ਸੀ ਹੋਈ ਸੀ, ਜਿੱਥੇ ਬੀਜੇਪੀ ਦੀ ਟੌਪ ਲੀਡਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਮਿਲੀ, ਜਿੱਥੇ ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ ਅਸੀਂ 13 ਸੀਟਾਂ 'ਤੇ ਜੁਆਇੰਟਲੀ ਲੜ ਰਹੇ ਹਾਂ, 3 ਸੀਟਾਂ ਬੀਜੇਪੀ ਅਤੇ 10 ਸੀਟਾਂ ਸ਼੍ਰੋਮਣੀ ਅਕਾਲੀ ਦਲ, ਅਤੇ ਜਿਹੜੀਆਂ ਪੁਰਾਣੀਆਂ ਸੀਟਾਂ ਬੀਜੇਪੀ ਲੜ ਰਹੀ ਸੀ ਉਹੀ ਪੁਰਾਣੀ ਸੀਟਾਂ ਬੀਜੇਪੀ ਲੜੂਗੀ, ਜਿਹੜੀਆਂ 10 ਪੁਰਾਣੀਆਂ ਸੀਟਾਂ ਅਕਾਲੀ ਦਲ ਲੜ ਰਿਹਾ ਸੀ ਉਹੀ ਅਕਾਲੀ ਦਲ ਲੜੂਗਾ। ਉਹਦੇ ਬਾਅਦ ਪਲਾਨ ਕੀਤਾ ਗਿਆ ਕਿ ਅਗਲੇ ਇਲੈਕਸ਼ਨ ਦੇ ਦੌਰਾਨ ਅਸੀਂ ਪਲਾਨ ਕੀਤਾ ਕਿ ਅਸੀਂ ਕੋਆਰਡੀਨੇਸ਼ਨ ਕਮੇਟੀ ਅਸੀਂ ਬਣਾ ਦਿੱਤੀ ਗਈ ਹੈ, ਹਰ ਹਫ਼ਤੇ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਊਗੀ, ਸਟ੍ਰੈਟਜੀ ਸੈਸ਼ਨ ਹੋਊਗਾ, ਅਤੇ ਪਹਿਲੀ ਸਾਡੀ ਜਿਹੜੀ ਪ੍ਰੋਟੈਸਟ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਾਸਘਾਤ ਕੀਤਾ ਪੰਜਾਬ ਦੀ ਜਨਤਾ ਨਾਲ, ਗੁਰੂ ਨਾਲ ਵਿਸ਼ਵਾਸਘਾਤ ਕੀਤਾ, ਝੂਠੀਆਂ ਸਹੁੰਾਂ ਖਾਧੀਆਂ। 16 ਤਰੀਕ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ, 16 ਮਾਰਚ ਨੂੰ ਉਹਨੇ ਸਹੁੰ ਚੁੱਕੀ ਸੀ 2 ਸਾਲ ਪਹਿਲੇ, ਔਰ 16 ਮਾਰਚ ਨੂੰ ਹੀ ਅਸੀਂ ਪੂਰੇ ਪੰਜਾਬ ਵਿੱਚ ਹਰ ਅਸੈਂਬਲੀ ਕੌਂਸਟੀਚੁਐਂਸੀ ਵਿੱਚ, ਜੋ ਉਹਨਾਂ ਦਾ ਮੇਨ ਸ਼ਹਿਰ ਹੋਊਗਾ ਹਰ ਅਸੈਂਬਲੀ ਕੌਂਸਟੀਚੁਐਂਸੀ, ਉੱਥੇ ਇੱਕ ਮੈਸਿਵ ਪ੍ਰੋਟੈਸਟ ਹੋਊਗਾ, ਵਿਸ਼ਵਾਸਘਾਤ ਦਿਵਸ ਅਸੀਂ ਜਿਸ ਦਾ ਨਾਂ ਦਿੱਤਾ ਗਿਆ, ਪੂਰੀ ਡਿਟੇਲ ਨਾਲ ਅਸੀਂ ਉੱਥੇ ਪ੍ਰੋਗਰਾਮ ਕਰਾਂਗੇ। ਉਹਦੇ ਬਾਅਦ ਅਸੀਂ ਰੈਗੂਲਰਲੀ ਕਿਵੇਂ ਕੈਂਪੇਨ ਚੱਲਣੀ ਹੈ, ਕਿਵੇਂ ਪ੍ਰਾਈਮ ਮਿਨਿਸਟਰ ਸਾਹਿਬ ਦੇ ਪ੍ਰੋਗਰਾਮ ਬਣਨੇ ਆ, ਕਿਵੇਂ ਹੋਰ ਸੀਨ ਲੀਡਰਸ਼ਿਪ ਦੇ ਪ੍ਰੋਗਰਾਮ ਬਣਾਉਣੇ ਆ, ਕਿਵੇਂ ਕੋਆਰਡੀਨੇਟਡ ਅਸੀਂ ਐਕਟੀਵਿਟੀ ਕਰਨੀ ਹੈ, ਉਹ ਸਾਡੀ ਹਰ ਹਫ਼ਤੇ ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋਇਆ ਕਰੂਗੀ, ਐਂਡ ਵੀ ਵਿਲ ਪਲਾਨ ਆਊਟ। ਇੱਕ ਅਸੀਂ 12 ਤਰੀਕ ਨੂੰ ਸਾਰੇ ਡਿਸਟ੍ਰਿਕਟ ਪ੍ਰੈਜੀਡੈਂਟਸ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਚੰਡੀਗੜ੍ਹ ਬੁਲਾ ਲਏ ਆ, ਜਿੱਥੇ ਸਾਡੀ ਜੁਆਇੰਟ ਮੀਟਿੰਗ ਹੋਊਗੀ ਫੋਰ ਡਿਸਟ੍ਰਿਕਟ ਲੈਵਲ ਕੋਆਰਡੀਨੇਸ਼ਨ ਐਂਡ ਡਿਸਟ੍ਰਿਕਟ ਲੈਵਲ ਪਲਾਨਿੰਗ।